ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ এবੀਪੀ ਸਾਂਝਾ ਤੇ ਮੈਂ ਤੁਹਾਡੇ ਨਾਲ ਅਮਨਦੀਪ ਸਿੰਘ ਤੇ ਅੱਜ এবੀਪੀ ਸਾਂਝਾ ਪਹੁੰਚਿਆ ਹੈ ਵਿਧਾਨ ਸਭਾ ਹਲਕਾ ਬਰਨਾਲਾ ਦੇ ਪਿੰਡ ਚੀਮਾ ਤੇ ਜਦੋਂ ਖਾਸ ਤੌਰ ਦੇ ਉੱਤੇ ਪੰਜਾਬ ਸਰਕਾਰ ਦੇ ਫਰਮਾਨ ਦਾ ਜ਼ਿਕਰ ਕਰਦੇ ਹਾਂ ਕਿ 31 ਮਈ ਤੱਕ ਜਿਨ੍ਹਾਂ ਦੇ ਵੱਲੋਂ ਪੰਚਾਇਤੀ ਜਾਂ ਫਰ ਪੰਜਾਬ ਦੀਆਂ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ੇ ਕੀਤੇ ਗਏ ਨੇ ਉਹ ਛੱਡ ਦੇਵੇ ਨਹੀਂ ਤਾਂ ਪੁਰਾਣੇ ਖਰਚੇ ਪੈਣਗੇ ਤੇ ਨਵੇਂ ਪਰਚੇ ਪਰ ਇਸ ਤੋਂ ਬਾਅਦ ਜਦੋਂ ਪੰਜਾਬ ਸਰਕਾਰ ਦੀ ਚੇਤਾਵਨੀ ਜਾਰੀ ਹੁੰਦੀ ਹੈ ਪਰ ਇਸ ਦੇ ਨਾਲ ਬਹੁਤ ਸਾਰੇ ਪਰਿਵਾਰ ਜਿਹੜੇ ਹੈਗੇ ਆ ਉਹ ਪ੍ਰਭਾਵਿਤ ਹੋ ਰਹੇ ਨੇ ਹਾਲਾਂਕਿ ਪੰਜਾਬ ਸਰਕਾਰ ਕਹਿੰਦੀ ਹੈ ਭੀ ਜਾਵੇ ਛੋਟਾ ਹੋਵੇ ਜਾਂ ਵੱਡਾ ਅਸੀਂ ਹਰ ਇੱਕ ਦੇ ਕੋਲੋਂ ਜਿਹੜੀ ਸਰਕਾਰੀ ਜ਼ਮੀਨ ਹੈ ਜਾਂ ਜਿਨ੍ਹਾਂ ਦੇ ਉੱਤੇ ਕਬਜ਼ੇ ਹੈਗੇ ਨੇ ਉਹ ਛਡਾਵਾਂਗੇ ਪਰ ਜਿਵੇਂ ਅਸੀਂ ਪੰਜਾਬ ਦਾ ਦੇਖਦੇ ਆਂ ਆਧਾਰ ਦੇ ਉੱਤੇ ਤਾਂ ਬਹੁਤ ਸਾਰੇ ਛੋਟੇ ਪਰਿਵਾਰ ਵੀ ਹੈਗੇ ਨੇ ਜਿਹੜੇ ਸ਼ਾਮਲਾਟਾਂ ਦੇ ਉੱਤੇ ਜਿਨ੍ਹਾਂ ਦੇ ਘਰ ਨੇ ਜਾਂ ਜਿਹੜੇ ਖੇਤੀਬਾੜੀ ਕਰਦੇ ਨੇ ਗੁਜਰਬਸਰ ਹੋ ਰਿਹਾ ਹੈ ਉਹਨਾਂ ਦੇ ਉੱਤੇ ਵੀ ਤੁਹਾਨੂੰ ਲੱਗਦਾ ਵੀ ਛਡਾਏ ਜਾਣਗੇ ਦੇਖੋ ਅਸੀਂ ਭਾਰਤੀ ਕਿਸਾਨ ਨੂੰ ਇੱਕ ਤਗਰਾਹਾਂ ਵੱਲੋਂ ਪੰਜਾਬ ਸਰਕਾਰ ਨੂੰ ਸਾਫ਼ ਕਰਨਾ ਚਾਉਂਦੇ ਆਂ ਵੀ ਜਿਹੜਾ ਕਹਿੰਦੇ ਆ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਇਹ ਗੱਲ 'ਚ ਫਰਕ ਪਾਉਣਾ ਪੈਣਾ ਉਹਨਾਂ ਨੂੰ ਛੋਟਿਆਂ ਨੂੰ ਵੱਡਿਆਂ ਨਾਲ ਰਲਾਇਆ ਨਹੀਂ ਜਾ ਸਕਦਾ ਦੇਖੋ ਜੇ ਵੱਡੇ ਆ ਜਾਣਬੁੱਝ ਕੇ ਆ ਜਿਹੜੇ ਸਮਰਥਨ ਉਹਨਾਂ ਦੇ ਅਸੀਂ ਹੱਕ 'ਚ ਆ ਉਹਨਾਂ ਤੋਂ ਨਜਾਇਜ਼ ਕਬਜ਼ੇ ਵੀ ਛਡਾਉਣੇ ਚਾਹੀਦੇ ਆ ਨਜਾਇਜ਼ ਸ਼ਾਮਲਾਟਾਂ ਦੇ ਕਬਜ਼ੇ ਵੀ ਛਡਾਉਣੇ ਚਾਹੀਦੇ ਆ ਜ਼ਮੀਨਾਂ ਦੇ ਵੀ ਛਡਾਉਣੇ ਚਾਹੀਦੇ ਆ ਕਿਉਂਕਿ ਉਹ ਸੱਚ ਕੋ ਉਹਨਾਂ ਦਾ ਨਜਾਇਜ਼ ਆ ਇੱਕ ਗਰੀਬ ਕਿਸਾਨ ਆ ਜਿਹਦੇ ਕੋਲੇ ਕੋਈ 1 ਏਕੜ ਜ਼ਮੀਨ ਆ ਉਹਦੇ 'ਚ ਪੰਜ ਪਰਿਵਾਰ ਆ ਇਹੋ ਉਹ ਖੇਤੀ ਕਰਕੇ ਆਪਦਾ ਜੀਵਨ ਗੁਜ਼ਾਰ ਇਸੇ ਤਰ੍ਹਾਂ ਸ਼ਾਮ ਲਾਟਾਂ ਦੀਆਂ ਕੋਈ ਪੰਜ ਮਰਲੇ 'ਚ ਆਪਦਾ ਘਰ ਬਣਾ ਕੇ ਬੈਠਾ ਹੈ ਅੱਜ ਉਹ ਪੰਜਾਬ ਸਰਕਾਰ ਉਹਨੂੰ ਕਹੇ ਵੀ ਉਹਦਾ ਘਰ ਢਾਹਾਂਗੇ ਤੇ ਉਹਨੂੰ ਉਜਾੜਾਂਗੇ ਇਹ ਜੱਥੇਬੰਦੀ ਕਿਵੇਂ ਬਰਦਾਸ਼ਤ ਕਰ ਲੂ ਇਸ ਕਰਕੇ ਅਸੀਂ ਇਸ ਗੱਲ ਦੇ ਹੱਕ 'ਚ ਨਹੀਂ ਜਿਹੜਾ ਗਰੀਬ ਹੈ ਖਾਸ ਕਰਕੇ ਪਿਛਲੀ ਸਰਕਾਰ ਵੇਲੇ ਸਾਡੇ ਜਾਦਾ ਚੰਨੀ ਸਰਕਾਰ ਨੇ ਤਾਂ ਸਗੋਂ ਇਹ ਵੀ ਕਿਹਾ ਸੀ ਵੀ ਲਾਲ ਕੀਰਾਂ ਦੇ ਅੰਦਰ ਆ ਜਿਹੜੇ ਉਹਨਾਂ ਨੂੰ ਅਸੀਂ ਮਾਲਕੀ ਹੱਕ ਦੇਵਾਂਗੇ ਤੇ ਕਦੋਂ ਦਾ ਸਾਡੀ ਜੱਥੇਬੰਦੀ ਦੀ ਮੰਗ ਵੀ ਆ ਵੀ ਆਵਾਜ਼ਕਾਰਾਂ ਨੂੰ ਜਿਹੜੇ ਮਾਲਕੀ ਹੱਕ ਦਿੱਤੇ ਜਾਣ ਆਈ ਸ਼ਾਮਲਾਟਾਂ ਜਿਨ੍ਹਾਂ ਨੇ ਆਵਾਜ਼ ਕੀਤੀਆਂ ਹੋਈਆਂ ਜਾਂ ਜਿਨ੍ਹਾਂ ਦੇ ਘਰ ਪਾਏ ਹੋਇਆ ਉਹਨਾਂ ਨੂੰ ਜੋਗ ਚਾਹੇ ਮੌਜਬਾ ਪਾਇਆ ਜਾਂ ਜੇ ਕਿਸੇ ਨੇ ਪਹਿਲਾਂ ਕੋਈ ਆਪ ਦੇ ਕੋਈ ਲਿਖਤੀ ਹੋਈ ਵੀ ਹੈ ਕੋ ਅਹੇ ਜੇ ਬਧਾਰਨਾ ਹੈ ਕਿ ਪੰਚਾਇਤਾਂ ਵੇਚ ਗਈਆਂ ਜਿਵੇਂ ਸਾਡਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਪੁੱਚੋਖੁਰਦ ਪੁੱਚੋਕਲਾਂ ਦੀ ਪੰਚਾਇਤ ਐਦੋਂ 50 ਸਾਲ ਪਹਿਲਾਂ ਉਹਨਾਂ ਨੂੰ ਉਹ ਸ਼ਾਮਲੜ ਵੇਚ ਗਈ ਅੱਜ ਉਹ 50 ਸਾਲਾਂ ਤੋਂ ਉੱਥੇ ਘਰ ਰਹਿ ਰਹੇ ਆ ਉਦੋਂ ਬਾਅਦ ਗੁਰਦੁਆਰਾ ਸਾਹਿਬ ਪੈ ਗਿਆ ਨਵੇਂ ਪਿੰਡ ਚ ਪੁੱਚੋਖੁਰਦ ਦੇ ਵਿੱਚ ਉਹ ਸ਼ਾਮਲ ਹੋ ਗਿਆ ਉੱਥੋਂ ਦੇ ਬਾੜ ਬਣ ਗਏ ਜੇ ਅੱਜ ਉਹ ਕਹਿਣਾ ਸੀ ਉਹ ਘਰ ਟਾਉਣੇ ਆ ਇਹ ਕਿਵੇਂ ਬਰਦਾਸ਼ਤ ਹੋ ਉਹ 2007 ਦੇ ਵਿੱਚ ਵੀ ਘਰ ਟਾਉਣ ਆਏ ਸੀ ਉਦੋਂ ਵੀ ਸਾਡੀ ਜਥੇਬੰਦੀ ਭਾਰਤੀ ਕਿਸਾਨ ਨੂੰ ਏਕਤਾ ਗ੍ਰਹਾਨ ਹੈ ਬਲਡਰੋਜਰਾਂ ਦੇ ਮੂਹਰੇ ਪੈ ਕੇ ਉਹ ਘਰ ਬਚਾਏ ਸੀ ਜਣੀ ਇਹ ਇਹ ਜਿਹੜਾ ਸਰਕਾਰ ਨੂੰ ਆਪ ਲਿਖਿਆ ਵੀ ਸੀ ਆਏ ਹਰ ਥਾਂ ਤੇ ਜਿਹੜਾ ਉਹਨਾਂ ਨੇ ਕਿਹਾ ਹੈ ਵੱਡੇ ਤੇ ਛੋਟੇ ਦਾ ਪਾੜਾ ਨਹੀਂ ਅਸੀਂ ਸਭ ਤੋਂ ਛਡਾਵਾਂਗੇ ਇਹ ਨਹੀਂ ਬਰਦਾਸ਼ਤ ਹੋਣਾ ਇੱਕ ਪਾਸੇ ਗਰੀਬ ਹੈ ਜਿਹੜਾ ਜੂਨ ਗੁਜ਼ਾਰਾ ਕਰ ਰਿਹਾ ਹੈ ਉਹਦੇ ਨਾਲ ਉਹ ਹਜ਼ਾਰ ਸੂਕ ਹੋਣਾ ਚਾਹੀਦਾ ਜਿਹੜੇ ਜਾਣ ਬੁੱਝ ਕੇ ਵੱਡੇ ਤਨਾੜ ਹੈ ਉਹਨਾਂ ਨੂੰ ਛਡਾਉਣੀਆਂ ਚਾਹੀਦੀਆਂ ਇਹ ਲੋਕ ਵੀ ਸਹਿਯੋਗ ਦੇਣਗੇ ਇਸ ਕਰਕੇ ਅਸੀਂ ਇਹ ਇਹਨਾਂ ਦੀ ਜਿਹੜੀ ਆ ਪਾਲਿਸੀ ਆ ਵੀ ਅਸੀਂ ਗਰੀਬਾਂ ਨੂੰ ਉਜਾੜ ਦੇਾਂਗੇ ਗਰੀਬਾਂ ਦਾ ਅਜਵਾੜਾ ਨਹੀਂ ਹੋਣ ਦੇਵਾਂਗੇ ਸੀ ਜਦੋਂ ਖਾਸ ਤੌਰ ਦੇ ਉਤੇ ਇਹਨਾਂ ਨੇ ਜ਼ਿਕਰ ਕੀਤਾ ਵੀ ਕਾਫੀ ਲੰਬੇ ਸਮੇਂ ਤੋਂ ਉਹ ਜੋ ਜਿਹੜਾ ਖੁਰਦ ਹੈਗਾ ਪਿੰਡ ਉੱਥੇ ਲੋਕ ਰਹਿ ਰਹੇ ਨੇ ਤੁਸੀਂ ਉੱਥੋਂ ਦੀਓ ਪਰ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤੁਹਾਡਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਜਿੱਥੇ ਤੁਸੀਂ ਜ਼ਮੀਨ ਦੇ ਉੱਤੇ ਤੁਸੀਂ ਰਹਿ ਰਹੇ ਹੋ ਜਿੱਥੇ ਤੁਹਾਡਾ ਘਰ ਹੈਗਾ ਵੀਰ 61 ਸਾਲ ਦੀ ਉਮਰ ਹੋ ਗਈ ਜੀ ਬਜ਼ੁਰਗਾਂ ਸੁਰਤ ਉੱਥੇ ਸੰਭਲੀ ਹੈ ਜਨਮ ਸਾਡੇ ਉੱਥੇ ਹੋਏ ਹੈ ਜੀ ਹਾਂਜੀ ਮੰਨ ਕੇ ਚੱਲੀਏ ਵੀ 100 ਸਾਲ ਤੋਂ ਜ਼ਿਆਦਾ ਹਾਂਜੀ ਆਜ਼ਾਦੀ ਤੋਂ ਪਹਿਲਾਂ ਦੇ ਲਾ ਲੋ ਤੁਸੀਂ ਹਾਂਜੀ ਬਹੁਤ ਪੁਰਾਣੀ ਹੈ ਜੀ ਇਹ ਪਹਿਲਾਂ ਅਜ ਤੱਕ ਪੰਚਾਇਤ ਨੇ ਕਿਤੇ ਠੇਕੇ ਤੇ ਕਿਤੇ ਬੋਲੀ ਕੁਝ ਨਹੀਂ ਹੋਇਆ ਇਹਦਾ ਇਹ ਲੋਕਾਂ ਆਪ ਲੋਕਾਂ ਦੇ ਕਬਜ਼ੇ ਚ ਹੈ ਤੁਸੀਂ ਰਹਿ ਰਹੇ ਹੋ ਇਹ ਸ਼ਾਮਲਾੜ ਦੀ ਜ਼ਮੀਨ ਹੈ ਇਹ ਸ਼ਾਮਲਾੜ ਦੇ ਹੈ ਜੀ ਇਹ ਅੱਛਾ ਹਾਂ ਸ਼ਾਮਲਾੜ ਦੇ ਸ਼ਾਮਲਾੜ ਦੀ ਦੇ ਹਾਂ ਜੀ ਤੇ ਤੁਸੀਂ ਮਕਾਨ ਪਾਇਆ ਹੋਇਆ ਆਪਣਾ ਘਰ ਹੈਗਾ ਹਾਂ ਜੀ ਹਾਂ ਜੀ ਮਕਾਨ ਪਾਇਆ ਹੈ ਸਾਡਾ ਇਹ ਨੋਟਿਸ ਵਗੈਰਾ ਆਇਆ ਸਰਕਾਰ ਦਾ ਤੁਹਾਨੂੰ ਕੁਝ ਤੇ ਕੁਝ ਨਹੀਂ ਆਇਆ ਜੀ ਪਹਿਲਾਂ 2007 ਦੇ ਵਿੱਚ ਕੀ ਹੋਇਆ ਸੀ ਐਸੇ ਤਰ੍ਹਾਂ ਹੀ ਇਹ ਕਹਿੰਦੇ ਸੀ ਜਿਹੜੀ ਬਾਹੀ ਜੋਗ ਜ਼ਮੀਨ ਆ ਉਹ ਛੜਾਂਗੇ ਇਟਨੀ ਛੜ ਦੇ ਕਿਸੇ ਦੀ ਇਹਨਾਂ ਨੇ ਕੀਤਾ ਕਿ ਬਾਹੀ ਜੋਗ ਕਨੀ ਝੱਕੇ ਨਹੀਂ ਸਾਡੇ ਮਕਾਨ ਤੋਂ ਸ਼ੁਰੂ ਕਰ ਇਹ ਜੱਥੇਬੰਦੀ ਸ਼ੰਗਰਾ ਸਿੰਘ ਜੀ ਉਸ ਵੇਲੇ ਵੀ ਸੀਗੇ ਇਹਨਾਂ ਨੇ ਆ ਕੇ ਬਲੋਜਰ ਮੋੜੇ ਸੀਗੇ ਆ ਕੇ ਐਟ ਅ ਟਾਈਮਸ ਨੂੰ ਬਚਾਇਆ ਸੀ ਇਹਨਾਂ ਨੇ ਸਾਨੂੰ ਉਹੀ ਡਰ ਹੈ ਵੀ ਅੱਜ ਇਹਨਾਂ ਦੀ ਜਿਹੜੀ ਕਹਿਣੀ ਤੇ ਕਠਿਨਾਈ ਚ ਸਰਕਾਰ ਦਾ ਫਰਕ ਹੁੰਦਾ ਜੀ ਪੰਜਾਬ ਤੇ ਪੰਜਾਬੀਅਤ ਦਾ ਪਰਛਾਵਾਂ ਪੰਜਾਬੀ ਸਾਡੀਆਂ ਬਾਵਾ এবੀਪੀ ਸੰਜਾ ਹੁਣ ਦੇਖੋ ਆਪਣੇ ਟੀਵੀ ਸਕਰੀਨ ਤੇ ਡਾਟਾ ਪਲੇ ਚੈਨਲ ਨੰਬਰ 1929 ਤੇ এবੀਪੀ ਸੰਜਾ ਦੇਖਣ ਲਈ ਆਪਣੇ ਕੇਬਲ ਆਪਰੇਟਰ ਨੂੰ ਅੱਜ ਹੀ ਸੰਪਰਕ ਕਰੋ এবੀਪੀ ਸੰਜਾ ਜੋਸ਼ ਜਜ਼ਬਾ ਜਨੂਨ